ਪਾਈ ਸੀ ਦਵਾਦ ਸ਼ੈਤਾਨ ਨੇ ਆਖਿਆ ਕਿ ਇਹਦੇ ਪੁੱਠੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂ ਮੈਨੂੰ 5 ਦਿਨ ਹੋ ਗਏ ਪੁੱਠੇ ਤੋਂ ਤਿਆਰ ਕੱਲ ਲੰਚ ਮਾਰ ਕੇ ਸਾਬਾਂ ਦੇ ਨਾਲ ਮੂੰਹ ਧੋਵਾਂਗਾ ਤੇ ਪਰਸੋਂ ਦਰਦ ਰੰਗ ਪੈ ਜਾਂਦਾ ਉਸ ਦੀ ਬ੍ਰੇਕਿੰਗ ਨਿਊਜ਼ ਹੈ ਵੀ ਕਿ ਤੇ ਹੁਣ ਸਾਡੇ ਨਵੇਂ ਨਿਗਾਰ ਨੇ ਦੱਸਿਆ ਕਿ ਇੱਕ ਨਾਈ ਦੀ ਦੁਕਾਨ ਦੇ ਧਮਾਕਾ ਹੋਇਆ ਜਿਹਦੇ ਵਿੱਚ 5 ਕਿਸਤਰੇ ਹਲਾਕ ਹੋ ਗਏ ਜਾਂ ਸੱਤੇ ਦੇ ਨਾਲ ਨਾਲ ਚਾਂਦੀ ਨੂੰ ਅੱਗ ਲੱਗ ਗਈ ਹੁਣ ਸੁਣੋ ਅੱਜ ਤੱਕ ਆ ਗਿਆ ਖਬੜਾ ਕਿੰਨੇ ਵਿਦਾਰ ਮਾਰਿਆ ਤੇ ਕਿੰਨੇ ਤਰਕਿਆਂ ਦੇ ਦਾਰ ਨਾਲ ਸਤਿਕਾਰ ਕਰਵਾਇਆ ਤੇ ਕਿੰਨੇ ਚੀਆਂ ਖਾਦੀਆਂ ਅੱਜ ਹੱਥ ਦੀ ਕਿਰੀ ਦੇ ਦਰਮਿਆਨ ਫੁੱਟਬਾਲ ਮੈਚ ਸੀ ਹੱਥ ਵੱਡਿਆਂ ਤੇ ਗੇਂਦ ਫੜਨ ਲੱਗਾ ਕਿਰੀ ਨੇ ਲੱਤ ਮਾਰੀ ਹੱਥ ਥੱਲੇ ਡਿੱਗ ਪਿਆ ਤੇ ਨਾਲੇ ਜ਼ਖਮੀ ਹੋ ਗਿਆ ਕਿਰੀ ਨੇ ਉਹ ਵੇਖਿਆ ਨਾ ਦੋ ਮੁੰਡਿਆਂ ਦੀ ਚੁੱਕਿਆ ਸੀ ਐ ਮੈਚ ਦੇ ਵਿੱਚ ਆ ਕੇ ਅੱਜ ਗੋਬੀ ਤੇ ਟ੍ਰੇਨਰ ਦਰਮਿਆਨ ਮੈਚ ਸੀ ਮੈਚ ਹੋਣਾ ਸੀ ਜਿੱਦ ਦੀ ਵਜ੍ਹਾ ਤੋਂ ਗੋਬੀ ਨੇ ਕਿਹਾ ਕਿ ਮੈਨੂੰ ਖੇਡਣ ਲਈ ਕੋਟ ਪਾਣੀ ਚਾਹੀਦਾ ਹੈ ਮੈਂ ਪਾਣੀ ਵਿੱਚ ਟ੍ਰੇਨਰ ਨੇ ਕਿਹਾ ਮੈਂ ਪਾਣੀ ਵਿੱਚ ਨਹੀਂ ਖੇਡ ਸਕਦਾ ਇਸ ਵਾਸਤੇ ਮੈਚ ਡਰਾ ਹੋਣ ਦਾ ਖਤਰਾ ਹੈ ਅੱਜ ਖੇਲੇ ਤੇ ਮਾਰਦੇ ਦੇ ਦਰਮਿਆਨ ਮੈਚ ਸੀ ਮਾਰਦੇ ਨੇ 116 ਤੇ ਕੇਲੇ 100 ਰਨ ਬਣਾ ਕੇ ਆਊਟ ਹੋ ਗਏ ਇਸ ਵਾਸਤੇ ਕੇਲਿਆਂ ਨੂੰ ਹਾਰਨ ਦੀ ਸਜ਼ਾ ਦੇ ਤੌਰ ਤੇ ਸਭ ਦੇ ਸਾਹਮਣੇ ਨੰਗਿਆ ਕੀਤਾ ਗਿਆ ਹੁਣ ਚੱਲਿਆ ਜ਼ਰਾ ਮੌਸਮ ਵੱਲ ਕਿੰਨੀ ਆਪਣੀ ਟਿੱਕ ਲੱਤ ਤੋੜੀ ਤੇ ਕਿਹੜਾ ਆਪਣੀ ਜਾਮ ਚਾਲ ਕੋਠੇ ਥੱਲੇ ਆਇਆ ਮੈਂ ਮੇਰੇ ਪੋਗਾ ਥੋੜੇ ਕਰ ਲਓ ਮੈਂ ਹੈਦ ਬੜੀ ਮਾਰ ਸਾਰੀਆਂ ਪਰ ਖਬਰਾਂ ਬੜੀਆਂ ਡਾੜੀਆਂ ਦੇਣੀ ਆ ਪਿਛਲੇ 24 ਘੰਟੇ ਤੋਂ ਦੌਰਾਨ ਬਸ ਰੂਟ ਦੇ ਅੰਦਰ ਇੰਨੀ ਬਰਫੀ ਦੀ ਬਾਰਿਸ਼ ਹੋਈ ਹੋਈ ਕਿ ਮੱਝਾਂ ਦੁੱਧ ਦੇਣ ਦੀ ਬਜਾਏ ਖੁਸ਼ੀਆਂ ਦੇਣ ਲੱਗ ਗਈਆਂ ਅਗਲੇ 24 ਘੰਟੇ ਦੌਰਾਨ ਬਰਫ ਬਾਰਿਸ਼ ਦੇ ਮੌਸਮ ਆ ਬੜੂ ਹੋਏਗਾ ਤੇ ਨਾਲ ਦੇ ਬਲਿਆਂ ਦੇ ਬਾਰਿਸ਼ ਹੋਏਗੀ ਤੇ ਰਸਗੁੱਲੇ ਡਿੱਗਣ ਦਾ ਖਤਰਾ ਹੈ ਸਾਰੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਦਾਬੜੇ ਲੈ ਕੇ ਮਸਜਿਦ ਅੰਦਰ ਪਹੁੰਚ ਜਾਓ ਮਹਿਕਮਾ ਮੌਸਮ ਆਦਮ ਦਾ ਵੀ ਕਹਿੰਦਾ ਸਾਲ ਦਾ ਮੌਸਮ ਗਰਮ ਰਹੇਗਾ ਤੇ ਆਸਮਾਨ ਤੋਂ ਬਿਜਲੀ ਹੋਏ ਨੇ ਡਿੱਗਣ ਦੇ ਜਿਹਨੂੰ ਜਿਹਨੂੰ ਸਾਡੇ ਪੁਆਤ ਸਮਝ ਨਾ ਆਏ ਹੋਏ ਔਰ ਸਾਡੇ ਦਸਤੇ ਦੇ ਪਿਛਲੇ ਪਾਸੇ ਆ ਪੁੱਛ ਲੈ ਤੁਸੀਂ ਸਾਨੂੰ ਜੱਸ ਦਿਓ ਅੱਲਾ ਨੇ ਕਿ ਬਾਨ ਬੰਦਾ ਬੇਜ਼ਬਾਨ ਅਸੀਂ ਛੋਟੀ ਛੋਟੀ ਜਾਨ ਤੁਸੀਂ